वाकई मित्रा चाह पी के ना मुच खड़ी हुंदी है। यह मैं नहीं कहता, यह कहता भगते का सतीश भाई, सतीश चाह वाला कहना जरा सा चाह पी लेंदा ना चार पांच घंटे तोड़ नहीं लगती तो बंदे की मुच्छ खड़ी रहती है। ये सतीश बाई दियां गल्लां, सतीश बाई भगते का बहुत मशहूर बंदा है, पहला भी बाई दियां वीडियो देखियां होनगियां तुसीं दोस्तों, तो लो बाई मान बठिंडे वाले ने भी वीडियो की सी, होर भी बाई कई पत्रकार बाई की वीडियो करके गए हैं। भगते दे विच खड़े हैं, भगते की शान है जदों भगते सवेरे दुकाना खुलदियां ना तो भगते जिहड़े दुकानदार वीर है जिन्ना चिर सतीश बाई की चाह नहीं ना पी लेंदे उन्ना चिर तो शरीर ही नहीं करड़ा हुंदा। पूरी गलबात करांगे बाई दे नाल, आ तुसीं सामने देख सकते हो चाह पी के अख ते मुछ खड़ी रहे, सिर्फ मिस कॉल ते तुहाडी चाह तुहाडे कोल आऊगी। मिस कॉल ते बाई चाह बहुत मशहूर है, सतीश बाई मिस कॉल ते चाह वाला बहुत मशहूर है। पूरी गलबात करते हैं बाई दे नाल, वीडियो दे नाल एंड तक जुड़े रहो। लो जी दोस्तों असि सतीश बाई दे कोले खड़े हैं। सतीश बाई जी सत श्री अकाल। सत श्री अकाल जी, सानू समां देने लई बहुत बहुत धन्नवाद तुहाडा। सानू पता भी हुण सर्दियां दे दिन आ ते चाह दे ऑर्डर भी बहुत ज्यादा हुंदे आ ते बिजी चल रहे हो। ते अच्छा सतीश बाई जी गल करांगे आपां भी जिहड़ी तुसीं इत्थे चाह दी दुकान है किन्ने टाइम तों कर रहे हो? मैनूं हो गए जनूं 30-32 साल हो गए चाह दे काम नूं। अच्छा 30-32 साल हो गए इत्थे काम करदे नूं, ते कहिंदे भी सतीश बाई दी चाह पी के ते मुछ ते अख खड़ी रहिंदी है, वाकई गल सच आ। मेरी उम्र है चाह का कम तैयो चाह इन स्वाद है ना तजर्बा आ गया ना बी। अच्छा सतीश बाई आप हर साल दुध का लंगर भी लाया जाता है ना शहजादियां दी मतलब शहीदी दिहाड़े ते? हाँ जी हाँ जी हाँ जी हाँ जी। ते किन्ने क्विंटल दुध लगदा उदों? दुध लग जांदा जी 18-20 क्विंटल दुध लग जांदा जी। अच्छा किन्ने टाइम तो ला रहे हो? ये आपां 4 साल हो गए लगातार दुध का लंगर लाउंदे नूं। अच्छा जी। ते सारे भरावां दे सहयोग नाल लाया जांदा वा, छोटे साहिबजादे दी याद विच बाबा मोती महाराज ने दुध पियाया सीगा जी, सो उहनां दी याद विच आपां लंगर लगाया जांदा। अच्छा जी। ते सतीश भाई ਤੁਸੀਂ ਇਹ ਤੁਹਾਡੇ ਡੇਲੀ ਦੇ ਕਿੰਨੇ ਕੱਪ ਲਾ ਦਿੰਦੇ ਹੋ? ਡੇਲੀ ਦੇ ਲੱਗ ਜਾਂਦੇ 8-9 ਕੱਪ ਲੱਗ ਜਾਂਦੇ। ਤੇ ਇਹਦੇ ਵਾਸਤੇ ਫਿਰ ਤੁਹਾਨੂੰ ਮੁਲਾਜ਼ਮ ਵੀ ਕਾਫੀ ਚਾਹੀਦੇ, ਕਿੰਨੇ ਮੁਲਾਜ਼ਮ ਕੰਮ ਕਰਦੇ ਆ? 7 ਮੁਲਾਜ਼ਮ ਆਏ ਮੇਰੇ ਕੋਲ। ਚਲੋ ਯਾਨੀ ਕਿ 7 ਮੁਲਾਜ਼ਮਾਂ ਨੂੰ ਤੁਸੀਂ ਰੋਜ਼ਗਾਰ ਦੇ ਰੱਖਿਆ ਨਾ। ਤੇ ਦੋਸਤੋ ਹਨਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਬਿਲਕੁਲ ਜੀ। ਤੇ ਕੋਈ ਚਾਹ ਦਾ ਕੰਮ ਕੋਈ ਛੋਟਾ ਨਹੀਂ ਹੁੰਦਾ, ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਆ। ਤੇ 7 ਜਣਿਆਂ ਨੂੰ ਬਾਈ ਕੰਮ ਦੇ ਰਿਹਾ ਤੇ ਪੂਰੀ ਭਗਤੇ ਦੀ ਸ਼ਾਨ ਹੈ। ਜਿਹੜਾ ਇੱਕ ਵਾਰੀ ਬਾਈ ਦੀ ਚਾਹ ਪੀ ਗਿਆ ਨਾ ਤੇ ਮੈਨੂੰ ਤਾਂ ਨਹੀਂ ਲੱਗਦਾ 5-6 ਘੰਟੇ ਵੀ ਉਹਨੂੰ ਬਾਈ ਨੂੰ ਚਾਹ ਦੀ ਜ਼ਰੂਰਤ ਪੈ ਜਾਂਦੀ ਹੈ, ਇੰਨੇ ਕੰਡੇ ਵਾਲੀ ਚਾਹ ਬਣਾਉਂਦਾ। ਤੇ ਦੋਸਤੋ ਇੱਕ ਵਾਰੀ ਬਾਈ ਦੀ ਚਾਹ ਵੀ ਜ਼ਰੂਰ ਪੀ ਕੇ ਆਇਓ। ਅੱਛਾ ਸਤੀਸ਼ ਬਾਈ ਤੁਹਾਡੀ ਚਾਹ ਇੰਨੀ ਸਵਾਦ ਹੋਣ ਦਾ ਕਾਰਨ ਕੀ ਹੈ ਬਾਈ? ਪਿਆਰ ਹੈ ਜੀ, ਜੀ ਪਿਆਰ ਬਾਈ ਦੇ ਵਿੱਚ ਜੀ। ਬਾਕੀ ਆਪਣੇ 100 ਮੀਲ ਤੱਕ ਦੀ ਗਰੰਟੀ ਹੈ ਚਾਹ ਦੀ। ਅੱਛਾ ਜੀ। ਜਿਹੜਾ ਇਥੋਂ ਚਾਹ ਪੀ ਗਿਆ 100 ਮੀਲ ਤੱਕ ਜੇ ਚਾਹ ਮੰਗ ਜੇ ਤਾਂ ਫਿਰ ਸਵਾਦ ਨਹੀਂ, ਸਵਾਦ ਵਾਲੀ ਗੱਲ ਨਹੀਂ। ਲੈ ਜੀ ਲੈ, ਇਥੋਂ ਤੁਰਿਆ ਬੰਦਾ 100 ਮੀਲ ਤੱਕ ਚਾਹ ਨਹੀਂ ਮੰਗਦਾ, 100 ਮੀਲ ਵਾਲੀ ਚਾਹ ਬਣਾਈ ਦੀ ਹੈ, ਤੋੜ ਨਹੀਂ ਲੱਗਦੀ ਹੈ ਨਾ ਬੰਦੇ ਨੂੰ। ਤੇ ਇੱਕ ਬੜੀ ਮਸ਼ਹੂਰ ਗੱਲ ਆ ਵੀ ਮਿਸ ਕਾਲ ਤੇ ਚਾਹ, ਤੇ ਉਹ ਕੀ ਗੱਲਬਾਤ ਆ ਮੜੇ ਉਹ ਦੱਸਿਓ ਬਾਈ। ਉਹ ਮਿਸ ਕਾਲ ਜੀ ਇਹ ਅੱਜ ਤੋਂ ਕੋਈ 2000 ਦੀ ਗੱਲ ਹੈ। ਹਾਂਜੀ। ਉਦੋਂ ਮੋਬਾਈਲ ਨਵੇਂ ਚੱਲੇ ਸੀਗੇ। ਅੱਛਾ ਜੀ। ਸੋ ਉਸ ਟਾਈਮ ਕਾਲ ਬਹੁਤ ਮਹਿੰਗੀ ਹੁੰਦੀ ਸੀ। ਹਾਂਜੀ। ਤੇ ਉਸ ਟਾਈਮ ਮੈਂ ਸਿਸਟਮ ਚਲਾਇਆ ਸੀਗਾ ਮਿਸ ਕਾਲ ਦਾ। ਹਾਂਜੀ। ਤੇ ਮਿਸ ਕਾਲ ਮਾਰੋ ਤੇ ਚਾਹ ਪੀਓ। ਅੱਛਾ। ਤੇ ਉਸ ਟਾਈਮ ਲੋਕਾਂ ਨੂੰ ਫਿਰ ਕਾਲ ਕਰਨ ਦੀ ਲੋੜ ਨਹੀਂ ਪੈਂਦੀ ਸੀ ਜੀ, ਸੋ ਮਿਸ ਕਾਲ ਨਾਲ ਹੀ ਚਾਹ ਪਹੁੰਚ ਜਾਂਦੀ ਸੀ। ਤੇ ਫੋਨ ਵੀ 1100 ਰੱਖ ਰੱਖਿਆ ਨਾ ਉਦੋਂ? ਇਹ ਫੋਨ ਬਹੁਤ ਪੁਰਾਣਾ ਜੀ ਇਹ। ਅੱਛਾ। ਇਹ ਘੱਟੋ ਘੱਟ 20-22 ਸਾਲ ਪੁਰਾਣਾ ਫੋਨ ਆ। ਅੱਛਾ ਜੀ। ਹਾਂਜੀ। ਤੇ ਬਾਈ ਦਰਸ਼ਕੋ ਹੜ ਲੱਗ ਜਾਂਦਾ ਬਾਈ ਕੋਲੇ ਸਵੇਰੇ ਸਵੇਰੇ, ਤੇ ਇਹਨਾਂ ਦਾ ਮੈਂ ਪਤਾ ਇੱਕ ਵਾਰੀ ਫੇਰ ਦੱਸ ਦਿੰਦਾ। ਭਗਤੇ ਜਿਹੜਾ ਬੱਸ ਸਟੈਂਡ ਹੈ, ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਸਬਜ਼ੀ ਮਾਰਕੀਟ ਆ। ਸਬਜ਼ੀ ਮਾਰਕੀਟ ਬਾਈ ਦੀ ਇਹ, ਤੇ ਬਾਗਾ ਪੁਰਾਣਾ ਰੋਡ ਤੇ ਜਾਂਦੇ, ਨਿਊ ਬਾਗਾ ਪੁਰਾਣਾ ਰੋਡ ਹੈ। ਤੇ ਉੱਥੇ ਬਾਈ ਦੀ ਸਟਾਲ ਲੱਗਦੀ ਹੈ, ਛੋਟੀ ਜਿਹੀ ਸਟਾਲ ਲਾਉਂਦਾ, ਦੇਖੋ ਬਹੁਤ ਪਿਆਰੀ ਜੀ ਸਟਾਲ ਹੈ। ਤੇ ਪਰ ਮੇਲਾ ਲੱਗਿਆ ਹੁੰਦਾ ਤੜਕੇ ਵੇਲੇ ਬਾਈ ਦੀ ਇੱਥੇ ਦੁਕਾਨ ਤੇ ਮੇਲਾ ਲੱਗਿਆ ਹੁੰਦਾ, ਤੇ 7-8 ਮੁੰਡਿਆਂ ਨੂੰ ਬਾਈ ਰੋਜ਼ਗਾਰ ਵੀ ਦੇ ਰਿਹਾ, ਬਹੁਤ ਖੁਸ਼ੀ ਦੀ ਗੱਲ ਹੈ ਨਾ। ਤੇ ਦੋਸਤੋ ਜੇ ਤੁਸੀਂ ਸਤੀਸ਼ ਬਾਈ ਦੀ ਚਾਹ ਪੀ ਕੇ ਜਾਣੀ ਹੈ ਤੇ ਮੁੱਛ ਖੜੀ ਕਰਨੀ ਹੈ ਤੇ ਇੱਕ ਬਾਈ ਸਤੀਸ਼ ਕੋਲੇ ਜ਼ਰੂਰ ਖੜ ਕੇ ਜਾਣਾ। ਤੇ ਤੁਹਾਨੂੰ ਬਾਈ ਦਾ ਨੰਬਰ ਵੀ ਦਊਂਗਾ, ਜੇ ਕਿਸੇ ਵੀਰ ਨੇ ਬਾਈ ਨੂੰ ਹੌਸਲਾ ਅਫਜਾਈ ਕਰਨੀ ਹੈ, ਬਾਈ ਨਾਲ ਗੱਲਬਾਤ ਕਰਨੀ ਹੈ,
भाई सतीश नाल गलबात कर सकता है। भाई जी सानू समा देने लई बहुत बहुत धन्यवाद, शुक्रिया जी, थैंक यू। लो दोस्तों जल्दी मिलते हैं किसी होर वीडियो के नाल किसी होर सब्जेक्ट के नाल, तद तक दे लई सत श्री अकाल।